Hello everyone, here is your Reet Kaur and welcome back to your favorite YouTube channel Earn Money Job. So friends, 6th pay commission jada Punjab de vich lagu ho chukya va. ਉਹ ਅੱਜ ਦੀ ਨਿਊਜ਼ਪੇਪਰ ਦੇ ਵਿੱਚ ਵੀ ਇਹ ਜਿਹੜੀ ਇਨਫੋਰਮੇਸ਼ਨ ਆ ਚੁੱਕੀ ਹੈ ਪ੍ਰੋਪਰ ਇਨਫੋਰਮੇਸ਼ਨ ਲੈਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਨਾਲ ਬੈਲ ਦਾ ਆਈਕਨ ਪ੍ਰੈਸ ਕਰ ਸਕਦੇ ਸੋ ਦੈਟ ਹਰ ਇੱਕ ਅਮੈਂਡਮੈਂਟ ਤੁਹਾਡੇ ਤੱਕ ਪਹੁੰਚ ਸਕੇ ਅਤੇ ਹਰ ਇੱਕ ਗੌਰਮੈਂਟ ਜੋਬ ਜਿਹੜੀ ਵੀ ਪੰਜਾਬ 'ਚ ਆਉਂਦੀ ਤੁਹਾਡੇ ਤੱਕ ਪਹੁੰਚ ਸਕੇ ਸੋ ਫਰੈਂਡਸ ਇਹ ਨਿਊਜ਼ਪੇਪਰ ਦੀ ਕਟਿੰਗ ਮੈਂ ਤੁਹਾਡੇ ਤੱਕ ਸਾਂਝੀ ਕਰਨਾ ਚਾਹ ਰਹੀ ਹਾਂ ਜਿਸ 'ਚ ਉਹਨਾਂ ਨੇ ਕਿਹਾ ਕਿ ਪੰਜਾਬ ਮੰਤਰੀ ਮੰਡਲ ਜਿਹੜਾ ਵੱਲੋਂ 6ਵੇਂ ਜਿਹੜਾ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਜਿਹੜੀਆਂ ਨੇ ਮਨਜ਼ੂਰ ਹੋ ਗਈਆਂ ਨੇ ਕੱਲ੍ਹ ਕੈਬਨਿਟ ਦੀ ਮੀਟਿੰਗ ਸੀ ਜਿਹਦੇ ਵਿੱਚ ਉਹਨਾਂ ਨੇ 6th ਪੇ ਕਮਿਸ਼ਨ ਦੀਆਂ ਸਾਰੀਆਂ ਕੰਡੀਸ਼ਨਸ ਰੈਕਮੈਂਡੇਸ਼ਨਸ ਨੂੰ ਉਹਨਾਂ ਨੇ ਹਾਂ ਕਰ ਦਿੱਤੀ ਸੀ ਸਾਰੀਆਂ ਕੰਡੀਸ਼ਨਾਂ ਮਨਜ਼ੂਰ ਕਰਤੀਆਂ ਸੀ ਜਿਹਦੇ ਵਿੱਚ ਕਿੰਨਾ ਕਿੰਨਾ ਨੂੰ ਫਾਇਦਾ ਹੋਏਗਾ ਅਤੇ ਕੀ ਫਾਇਦਾ ਹੋਏਗਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਸੋ 1 ਜਨਵਰੀ 2016 ਤੋਂ ਜਿਹੜੇ ਵੀ ਲੋਕ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਉਹਨਾਂ ਨੂੰ ਇਹ ਫਾਇਦਾ ਹੋਏਗਾ ਉਹਨਾਂ ਨੂੰ ਬਕਾਇਆ ਦਿੱਤਾ ਜਾਏਗਾ ਅਤੇ 1 ਜੁਲਾਈ 2021 ਤੋਂ ਆ ਜਿਹੜਾ ਵਾ 6th ਪੇ ਕਮਿਸ਼ਨ ਆ ਉਹ ਲਾਗੂ ਕੀਤਾ ਜਾਏਗਾ ਸਫਾਈ ਕਰਮਚਾਰੀਆਂ ਇਸੇ ਦੇ ਨਾਲ ਹੀ ਜਿਹੜੇ ਸੀਵਰਮੈਨ ਨੇ ਉਹਨਾਂ ਨੂੰ ਪੱਕੇ ਕਰਨ ਦਾ ਵੀ ਫੈਸਲਾ ਕੀਤਾ ਗਿਆ ਵਾ ਸੋ ਮੈਂ ਤੁਹਾਨੂੰ ਇੱਕ ਵਾਰ ਰੀਡ ਆਊਟ ਕਰਕੇ ਦੱਸ ਦਿੰਦੀ ਹਾਂ ਕਿ ਚੰਡੀਗੜ੍ਹ 18 ਜੂਨ ਪੰਜਾਬ ਮੰਤਰੀ ਮੰਡਲ ਦੀ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਹੜੀ ਆ ਵਰਚੁਅਲ ਮੀਟਿੰਗ ਦੌਰਾਨ ਸਰਕਾਰ ਨੇ 6ਵੇਂ ਜਿਹੜੇ ਤਨਖਾਹ ਕਮਿਸ਼ਨ ਦੀਆਂ ਬਹੁਤੀਆਂ ਸਿਫਾਰਿਸ਼ਾਂ ਨੂੰ ਪ੍ਰਵਾਨ ਜਿਹੜਾ ਵਾ ਸਿਫਾਰਿਸ਼ਾਂ ਨੂੰ ਪ੍ਰਵਾਨ ਕਰਨ ਦਾ ਫੈਸਲਾ ਕੀਤਾ ਇਹਨਾਂ ਨੂੰ ਪਹਿਲਾਂ ਜੁਲਾਈ 2021 ਤੋਂ ਲਾਗੂ ਕਰਨਾ ਅਤੇ 1 ਜਨਵਰੀ 2016 ਤੋਂ ਅਮਲ ਵਿੱਚ ਲਿਆਉਣ ਦੀ ਵੀ ਜਿਹੜੀ ਆ ਫੈਸਲਾ ਕੀਤਾ ਗਿਆ ਇਸ ਦੇ ਨਾਲ ਸਾਰਾ ਕੁਝ ਸੂਬਾ ਨੇ ਦੱਸਿਆ ਹੈ ਕਿ ਸੂਬੇ ਦੇ 5.4 ਲੱਖ ਸਰਕਾਰੀ ਮੁਲਾਜ਼ਮਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਵੱਡਾ ਲਾਭ ਪੁੱਜੇਗਾ ਇਸ ਫੈਸਲੇ ਨਾਲ ਸਰਕਾਰੀ ਕਰਮਚਾਰੀਆਂ ਦੀ ਘੱਟੋ ਘੱਟ ਤਨਖਾਹ ਜਿਹੜੀ ਪਹਿਲਾਂ ਕਿ 6950 ਰੁਪਏ ਪ੍ਰਤੀ ਮਹੀਨੇ ਸੀ ਉਹ ਵੱਧ ਕੇ ਜਿਹੜੀ ਆ 18000 ਪ੍ਰਤੀ ਮਹੀਨੇ ਕੀਤੀ ਗਈ ਹੈ ਇਸ ਦੇ ਨਾਲ ਹੀ ਜਿਹੜੀਆਂ ਕਿ ਪਹਿਲੀਆਂ ਜਿਹੜੀਆਂ ਸੈਲਰੀ ਸੀ ਜਾਂ ਪੈਨਸ਼ਨਾਂ ਸੀ ਉਹ ਸਾਰਿਆਂ ਨੂੰ ਜਿਹੜੀਆਂ ਵਾ 2.59 ਦੇ ਮਲਟੀਪਲ ਦੇ ਉਹਨੇ ਜਿੰਨੀ ਤੁਹਾਡੀ ਪੇ ਪਹਿਲਾਂ ਸੀ ਜਾਂ ਸੈਲਰੀ ਸੀ 2.59 ਗੁਣਾ ਜਿਹੜੀ ਵਾ ਉਹ ਵੱਧ ਜਾਏਗੀ ਨਾਲ ਦੇ ਨਾਲ ਹੀ ਇਨਕਰੀਮੈਂਟ ਜਿਹੜਾ ਵਾ ਉਹ 3% ਜਿਹੜਾ ਸਾਲਾਨਾ ਇਨਕਰੀਮੈਂਟ ਹੈ ਉਹ 3% ਜਿਹੜਾ ਉਹ ਵਧਾ ਦਿੱਤਾ ਗਿਆ ਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ 6ਵੇਂ ਕਮਿਸ਼ਨ ਦੇ ਲਾਗੂ ਹੋਣ ਦੇ ਨਾਲ ਜਿਹੜੇ ਵੇ ਸੋਧ ਦੇ ਵਿੱਚ ਜਿਹੜੇ ਮੁਤਾਬਿਕ ਘੱਟੋ ਘੱਟ ਪੈਨਸ਼ਨਾਂ ਜਿਹੜੀਆਂ ਜਿਹੜੀ ਪਹਿਲਾਂ ਪੈਨਸ਼ਨ ਜਿਹੜੀ ਮਿਲ ਰਹੀ ਸੀ 3500 ਰੁਪਿਆ ਪ੍ਰਤੀ ਮਹੀਨਾ ਉਹ ਵਧਾ ਕੇ 9000 ਰੁਪਿਆ ਪ੍ਰਤੀ ਮਹੀਨਾ ਹੋਵੇਗਾ ਅਤੇ ਨਾਲ ਦੇ ਨਾਲ ਜਿਹੜੀ ਫੈਮਿਲੀ ਪੈਨਸ਼ਨ ਹੈ ਉਹ ਵਧਾ ਕੇ 9000 ਰੁਪਿਆ ਪ੍ਰਤੀ ਮਹੀਨੇ ਜਿਹੜੇ ਉਹਨਾਂ ਨੇ ਕਰ ਦਿੱਤੀ ਆ ਸੋ ਫਰਿੰਜ ਇਹ ਸੀਗੇ ਕਿੰਨਾ ਕਿੰਨਾ ਨੂੰ ਫਾਇਦਾ ਨਾਲ ਦੇ ਨਾਲ ਉਹਨੇ ਕਿਹਾ ਕਿ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੇ ਵਿੱਚ ਵੀ 31 ਮਾਰਚ 2022 ਤੱਕ ਵਾਧਾ ਕਰ ਦਿੱਤਾ ਗਿਆ ਹੈ ਨਾਲ ਦੇ ਨਾਲ ਉਹਨੇ SC ਜਿਹੜੇ ਵਾ SC ਪੋਸਟ ਜਿਹੜੇ ਮੈਟ੍ਰਿਕ ਵਜ਼ੀਫੇ ਨੇ ਸਕੀਮ ਤਹਿਤ ਜਿਹੜੇ ਨਿੱਜੀ ਸੰਸਥਾਵਾਂ ਨੇ ਉਹਦੇ 40% ਜਿਹੜੇ ਬਕਾਏ ਦੀ ਅਗਵਾਈ ਵੀ ਪੰਜਾਬ ਸਰਕਾਰ ਕਰੇਗੀ ਨਾਲ ਦੇ ਨਾਲ ਹੀ ਅਰਜੁਨ ਬਾਜਵਾ ਦੀ ਜਿਹੜੀ ਆ ਇੰਸਪੈਕਟਰ ਅਤੇ ਪੀਸ਼ਮ ਪਾਂਡੇ ਦੀ ਜਿਹੜੀ ਆ ਨਾਇਬ ਤਹਿਸੀਲਦਾਰ ਵਜੋਂ ਨਿਯੁਕਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਸੋ ਫਰੈਂਡਸ ਇਹ ਸੀਗੀਆਂ ਮੇਨ ਇਨਫੋਰਮੇਸ਼ਨ ਜਿਹੜੀ ਕੱਲ੍ਹ ਕੈਬਨਿਟ ਮੀਟਿੰਗ ਦੇ ਵਿੱਚ ਫੈਸਲਾ ਲਏ ਗਏ ਨੇ ਅਗਰ ਤੁਹਾਨੂੰ ਕੋਈ ਅਜੇ ਵੀ ਕਲੀਅਰ ਨਹੀਂ ਹੋ ਰਿਹਾ 6th ਪੇ ਕਮਿਸ਼ਨ ਦਾ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਪੁੱਛ ਸਕਦੇ ਹੋ ਅਤੇ ਨਾਲ ਇਹੋ ਜਿਹੀ ਹਰ ਇੱਕ ਇਨਫੋਰਮੇਸ਼ਨ ਲਈ ਅਪਡੇਟਡ ਰਹਿ ਸਕਦੇ ਹੋ ਆਪਣੀ ਰੀਤ ਕੌਰ ਦੇ ਨਾਲ ਤੁਹਾਡੇ ਫੇਵਰੇਟ ਯੂਟਿਊਬ ਚੈਨਲ ਅਰਨ ਮਨੀ ਜੋਬ ਟਿਲ ਦੈਨ ਟੇਕ ਕੇਅਰ ਬਾਏ